ਉਹ ਸਿੱਖ ਸਿਗਾਇ ਅਦਰਸ਼ ਇਦਾਂ ਪਹਿਲੋ ਫੇਕ ਹੁੰਦੇ ਖਲਾਸੇ ਖਲਾਸੇ ਉਹ ਸੇਕ ਮਾਲੋ ਜਿਨ੍ਹਾਂ ਨੇ ਮਾਲੋ ਅਮਰਤ ਨਹੀਂ ਛਕਿਆ ਉਹ ਨਾਮ ਜਪਦੇ ਉਹ ਤੇ ਹੌਲੀ ਹੌਲੀ ਉਹਨਾਂ ਨਾਮ ਪੈ ਗਿਆ ਸਹਿਜ ਧਾਰੀ ਕਿ ਉਹ ਸਹਿਜੇ ਸੱਜੇ ਮਾਲੋ ਜਪਦੇ ਆ ਜੀ ਜੀ ਪਹਿਲਾ ਮਾਲੋ ਆਮ ਰਵੈਤ ਦਸਮ ਪਾਸ਼ੇ ਸਮੇਂ ਰਹੀ ਆ ਉਸ ਤੋਂ ਬਾਅਦ ਹੋਇ ਕਿ Hindu ਪਰਿਵਾਰਾਂ ਵਿੱਚ ਨੋਸ ਇੰਡੀਆ ਵਿੱਚ ਜੀ ਜੀ ਕਿ ਜੇਠਾ ਪੁੱਤਰ ਜੀ ਸਭ ਤੋਂ ਵੱਡਾ ਜੋ ਹੈਗਾ ਉਹ ਮਾਲੋ ਖਾਸ ਇਹਨੂੰ ਪੇਟ ਕਰਦੇ ਹੁੰਦੇ ਆ ਜੀ ਤਾਂ ਕਿ ਖਾਲਸਾ ਅਕਾਲਪੁਰ ਦੀ ਫੌਜ ਆ ਉਹ ਕੋਈ ਫੌਜੇ ਦੀ ਮਤਲਬ ਹੋਈ ਜਿਹੜੀ ਫੌਜ ਹੈ ਕਾਦੀ ਰੱਖਿਆ ਕਰਦੀ ਆ ਇਹ ਆਪਣਾ ਜੋ ਹੁਣ ਸਨਾਤਨ ਆ ਲਬਜ ਅੱਜ ਕੱਲ ਜਿਹੜੇ ਸਿੰਘਸਾਭਾ ਲਹਿਰ ਤੋਂ ਉੱਠ ਕਰਦੇ ਆ ਉਹ ਫੇ ਮਿਸ਼ਨਰੀ ਵਾਲੇ ਉਹ ਤੋਂ ਉਹ ਖਾਫ ਦੇ ਕਿ ਦੇ ਵਿੱਚ ਸਨਾਤਨ ਵੀ ਇਹਦਾ Hindu ਹੋ ਗਏ ਸਨਾਤਨ ਦਾ ਅਰਥ ਹੈਗਾ ਅੰਗਰੇਜ਼ੀ ਵਿੱਚ timeless ਸਦੀਵ ਹੋਵੇ ਅਕਾਲ ਅਬ ਮੇਰਾ ਮਨ ਉਲਟ ਹੋਇਆ ਸਨਾਤਨ ਤਬ ਜਾਣੇ ਜਬ ਜੀਵਤ ਮੌਕਾ ਕੋਈ ਵੀ ਸਕਸੈਸ ਮਾਓ ਆਪ ਨਾ ਡਰੋ ਨਾ ਹੋਰ ਡਰਾਓ ਕਹਾ ਹਨ ਗਵੀ ਜੀ ਕਹਿੰਦੇ ਕੋ ਗ੍ਰਾਂਸਾ ਮੇਰਾ ਮਨ ਹੋ ਗਿਆ ਸਨਾਤਨ ਇਸ ਤਰ੍ਹਾਂ ਭਾਈ ਗਦਾਸ ਜੀ ਵੀ ਕਹਿੰਦੇ ਕਿਦਾਂ ਹੂੰ ਦੇਖੋ ਗੁਰਗੋ ਸਿੰਘ ਤਾਂ ਇੱਥੇ ਦਾ ਕਹਿੰਦੇ ਕਿ ਧਰਮ ਹਮਾਰਾ ਸਨਾਤਨ ਪਰਫੁੱਲਤ ਰਹੇ ਕਿਦਾਂ ਇਸ ਤਰ੍ਹਾਂ ਲੋਗ ਗ੍ਰਾਂਤ ਜਿਕਰ ਹੁੰਦਾ ਕਿਦਾਂ ਇਸ ਤਰ੍ਹਾਂ ਮਤਲਬ ਸਨਾਤਨ ਲਾਜ ਦੇ ਅਰਥ ਜੋ ਹੈਗੇ ਆ ਹੈਗੇ ਟਾਈਮਲੈਸ ਜੋ ਸਭ ਤੋਂ ਪੁਰਾਤਨ ਸਭ ਤੋਂ ਪ੍ਰਚੀਨ ਆਸਾ ਜਗਾਸਾ ਸੱਚ ਵੀ ਸੱਚ ਨਾਨਕ ਹੋਸੀ ਵੀ ਸੱਚ ਇਹ ਸੱਚ ਆ ਤੋ ਹੁੰਦਾ ਚੱਲਦਾ ਯਾ ਜਗਾਤ ਉਹ ਹੈਗਾ ਸਨਾਤਨ ਇਸ ਅਧਾਰ ਤੇ ਆਪਸ ਸਨਾਤਨ ਹੈਗੇ ਆ ਅੱਜ that is something not subject to time ਹਾਂ ਜੋ ਸਬਜੈਕਟ ਕਾਲ ਤੋਂ ਕਾਲ ਤੋਂ ਪਰੇ ਅਕਾਲ ਅਕਾਲ ਹੀ ਹੋਗਾ ਕਾਲਪੁਰ ਕੀ ਸਨਾਤਨ ਨੇ ਜੀ ਤੇ ਇਹ ਹੁਣ ਅਸੀਂ ਜਿਹੜੀ ਜਿਸੇ ਨਿਹੰਗ ਸਿੰਘਾਂ ਦੀ ਗੱਲ ਕਰ ਰਹੇ ਆ ਤੇ ਕੁਝ ਵਿਦਿਆ ਲੁਕਤ ਹੋ ਗਈਆਂ ਨੇ ਹਾਂਜੀ ਐਕਸਟਿੰਕਟ ਹੋ ਗਈਆਂ ਤੇ ਕੁਝ ਐਂਡੈਂਜਰਡ ਨੇ ਜਿਹੜੀਆਂ ਲੁਕਤ ਹੋਣ ਦੇ ਕੰਦਰ ਆ ਪਏ ਗਏ ਨੇ ਇਹਦੇ ਵਾਸਤੇ ਤੁਹਾਡਾ ਪਿਛਲੇ ਕੋਈ ਦੋ ਦਸ਼ਕਾ ਤੋਂ 20 ਦਸ਼ਕਾ ਤੋਂ ਇੱਕ ਬੜਾ ਅੱਛਾ ਇੱਕ ਕੁਝ ਮੂਵਮੈਂਟ ਚੱਲ ਰਹੀ ਹੈ ਹਾਂਜੀ ਹੁਣ ਇੱਥੇ ਤੁਸੀਂ ਇੰਡੀਆ ਆਇਓ ਤੇ ਇੱਥੇ ਸਾਡੇ ਤੋਂ ਭਾਰਤੀਆਂ ਤੋਂ ਕੀ ਅਪੇਕਸ਼ਾ ਕਰਦੇ ਹੋ ਕਿ ਸਾਨੂੰ ਕੀ ਕਰਨਾ ਚਾਹੀਦਾ ਆ ਦੇਖੋ ਪਿਛਲੇ ਕੁਝ ਸਾਲ ਸੇ ਤੋਂ ਇੱਕ ਤਾਂ ਸਾਡੇ ਕਹਾ ਹੈਗਾ ਪਬਲਿਸ਼ਿੰਗ ਹਾਊਸ ਕਾਸ਼ੀ ਹਾਊਸ ਜੀ ਉਤੇ ਮਤਲਬ ਅਨੇਕਾਂ ਹੀ ਕਿਤਾਬਾਂ ਕੱਢੀਆਂ ਸਿੱਖੀ ਤੇ ਵੀ ਜੀ ਜਿਵੇਂ ਯੂ ਸੈਬ ਦਾ ਇਤਿਹਾਸ ਕਰਿਆ ਲਾਸਟ ਇੱਕ ਵਾਰੀਅਰਸ ਕਰਿਆ ਆਦ ਕਟੇ ਹੋ ਸਾਡਾ ਇਹ ਗੱਲ ਹੈਗੀ ਪਿਛਲੇ 25 ਸਾਲ ਤੋਂ ਅਸੀਂ ਸਾਰੇ ਹਿੰਦੁਸਤਾਨ ਚੋਂ ਨਿਕਮ ਕੇ ਜੀ ਜੀ 1900 ਲੈ ਕੇ ਪੰਜਾਬ ਦੇ ਇੱਥੇ ਜਾ ਕੇ ਜੀ ਜੀ ਜਿੰਨੀਆਂ ਪ੍ਰਾਤਨ ਤਸਵੀਰਾਂ ਬਚੀਆਂ ਆਪਣੇ ਗੋਦਵਾਰਾਂ ਵਿੱਚ ਉਹ ਪ੍ਰਾਣੇ સ્તાਨਾ ਵਿੱਚ ਸਿੱਖਾ ਨੇ ਉਹ ਸਾਰੀਆਂ ਹੀ ਮਾਲੋ ਰਿਕਾਰਡਿੰਗ ਕੀਤੀ ਉਹਦੀ ਜੀ ਜੀ ਉਹ ਵੀ ਮਾਲੋ ਸਾਡੇ ਕੋਲ ਵਹਾਫ ਮਿਲੀਆਂ ਤਸਵੀਰਾਂ ਹੈਗੀਆਂ ਹੋ ਰਹੀਆਂ ਓਕੇ ਤਾਂ ਉਹਨਾਂ ਵਿੱਚ ਹੁਣ ਅੱਜ ਕੱਲ ਦੇਖ ਲਓ ਇੱਥੇ ਹੁਣ ਇਹ ਵੀ ਮੈਨੂੰ ਦੱਸਿਆ ਜਾਂਦਾ ਇੱਕ ਬੜਾ ਦੁੱਖ ਹੋਇਆ ਕਿ ਕਿਲਾ ਮੁਬਾਰਕੇ ਬਹੁਤ ਸੋਹਣੀ ਅੰਦਰ ਚਿੱਤਰਕਾਰੀ ਸੀ ਉਹ ਵੀ ਮਿਟਾਈ ਗਈ ਇਹ ਵੀ ਮੈਂ ਸੁਣਿਆ ਕਿ ਮਾਲੋ ਬਾਬਾ ਟਾਲ ਜਿਹੜੀ ਸੀ ਚਿੱਤਰਕਾਰੀ ਉੱਤੇ ਹੀ ਪੋਚਾ ਲਾਤਾ ਹੋ ਕੱਲੀ ਕੱਲੀ ਚੀਜ਼ੇ ਖਤਮ ਕਰੀ ਜਾਂਦੇ ਨੇ ਜੀ ਜੀ ਕੱਲੀ ਕੱਲੀ ਚੀਜ਼ ਉਹਦਾ ਮਤਲਬ ਜਿੱਥੇ ਤੱਕ ਹੋ ਸਕੇ ਇਹ ਤਸਵੀਰਾਂ ਲਈਆਂ ਪ੍ਰਾਤਨ ਗ੍ਰੰਥ ਵੀ ਡਿਜੀਟਾਈਜ਼ ਕੀਤੇ ਇਹ ਸਾਰਾ ਮਤਲਬ ਉਹ ਭੰਡਾਰ ਉੱਤੇ ਮਤਲਬ ਇੰਗਲੈਂਡ ਪਿਆ ਸਾਡੇ ਬੰਦੇ ਕਲੈਕਟਰ ਵੀ ਹੈਗੇ ਨੇ ਦਤਵਿੰਦਰ ਤੂਰਾ ਹੈਗਾ ਮਤਲਬ ਪਰਮਜੀਤ ਹੈਗਾ ਜੋ ਲਿਖਤਾਂ ਵਾਲੇ ਹੈ